ਗੁਰੂ ਮੁਰਸ਼ਦ ਦੀ ਜ਼ਾਤ ਦੇ ਪਹਿਲੇ ਕਾਬਲ ਅੱਲਾ ਪਾਕ ਨੇ ਕੀਤੀ ਹੈ ਤੇ ਕੁਝ ਐਸੇ ਵੀ ਮੁਰੀਦ ਹੁੰਦੇ ਆ, ਐਸੇ ਵੀ ਚੇਲੇ ਹੁੰਦੇ ਜਿਨ੍ਹਾਂ ਦੀ ਬਦੌਲਤ ਗੁਰੂ ਹੋਰ ਕਾਬਲ ਹੁੰਦਾ। ਔਰ ਸਭ ਤੋਂ ਪਹਿਲਾਂ ਦਰਬਾਰ ਨੂੰ ਸਲਾਮ, ਸਾਡੇ ਵਿੱਚ ਆਈਆਂ ਫਕੀਰ ਹਸਤੀਆਂ ਨੂੰ ਸਜਦਾ ਸਲਾਮ, ਔਰ ਸਾਰੀ ਸੰਗਤ ਨੂੰ ਸਲਾਮ ਕਰ ਲਈ। ਸੰਗਤ ਨਾਮ ਰੱਬ ਦਾ, ਇਨਸਾਨ ਜਿੱਦਾਂ ਦੀ ਸੰਗਤ ਕਰਦਾ ਉਹਨੂੰ ਉਸ ਤਰੀਕੇ ਦਾ ਰੰਗ ਚਲੇ ਜਾਂਦੇ। ਔਰ ਮੈਂ ਬੜਾ ਸ਼ੁਕਰ ਗੁਜ਼ਾਰ ਜਿਹਨੂੰ ਮਾਲਕ ਚੁਣੇ ਉਹੀ ਮੇਲਾ ਕਰਾਉਂਦਾ, ਸਾਰੀ ਦੁਨੀਆਂ ਨੇ ਮੇਲੇ ਕਰਾ ਸਕਦਾ ਸਿਰਫ ਚੁਣੇ ਹੋਏ ਲੋਕ। ਔਰ ਸਾਡੀ ਸਰਕਾਰ ਦਰਬਾਰ ਦੇ ਸੇਵਾਦਾਰ ਗਦੀ ਨਸ਼ੀਨ ਮੁੱਖ ਰੋਹਿਤ ਗੁੰਦਰਾ ਜੀ ਨੂੰ ਲੱਖ ਲੱਖ ਵਧਾਈਆਂ, ਇਹਨਾਂ ਚਿਹਰਿਆਂ ਦੇ ਦੀਦਾਰ ਕਰਾਉਣ ਵਾਸਤੇ ਲੱਖ ਲੱਖ ਮੁਬਾਰਕਾਂ। ਔਰ ਬਾਬਾ ਰਾਮੇ ਸ਼ਾਹ ਸਰਕਾਰ ਆਏ ਬਾਬੇ ਸ਼ਾਹ ਡੇਰੇ ਤੋਂ, ਉਹਨਾਂ ਨੂੰ ਸਲਾਮ ਕਰਦੇ, ਜਿੰਨੀਆਂ ਫਕੀਰ ਸੁਰਤ ਆਈਆਂ ਸਭ ਨੂੰ ਸਜਦਾ, ਕਿਉਂਕਿ 1,24,000 ਪੈਗੰਬਰਾਂ ਵਿੱਚੋਂ ਕਮਲੀ ਵਾਲੇ ਨੂੰ ਖੁਦਾ ਨੇ ਪਸੰਦ ਕੀਤਾ। ਵਾਲੀ ਪਾਕ ਮੁਹੰਮਦ ਮੁਸਤਫਾ ਦੀ ਸ਼ਾਨ ਵਾਲੀ ਸੱਚੇ ਫਕੀਰਾਂ ਦੀ ਖੁਰਾਕ ਹੈ ਕੁਆਲ। ਔਰ ਲਓ ਜਿਆਦੀਆਂ ਗੱਲਾਂ ਦਾ ਕਰਦੇ ਹੋਏ ਉਸ ਮਾਲਕ ਅੱਗੇ ਮੈਂ ਤੇ ਅਰਜ਼ ਕਰਨ ਲੱਗਾ, ਫਰਿਆਦ ਕਰਨ ਲੱਗਾ, ਮੇਰੀ ਔਕਾਤ ਨਹੀਂ ਕਿ ਮੈਂ ਕੁਝ ਸੁਣਾ ਸਕਾਂ ਤੁਹਾਨੂੰ, ਤੁਸੀਂ ਬੜੇ ਸੁਣਨ ਵਾਲੇ ਲੋਕ। ਔਰ ਸਾਡੇ ਰੱਬ ਨੂੰ ਮੰਨਣ ਵਾਲੀਆਂ ਸੂਰਤਾਂ ਬੈਠੀਆਂ ਹੈ, ਔਰ ਮੈਂ ਅਰਜ਼ ਕਰ ਲਗਾ ਸਰਕਾਰ ਦੇ ਅੱਗੇ, ਗੁਨਾਹਗਾਰ ਮੈਂ ਗੁਨਾਹ ਕਰਦਾ ਕਰਦਾ ਥੱਕ ਗਿਆ, ਮੇਰਾ ਮਾਲਕ ਬਖਸ਼ਦਾ ਬਖਸ਼ਦਾ ਕਦੀ ਥੱਕਦਾ ਹੀ ਨਹੀਂ।
ਔਰ ਸਤਿਗੁਰੀ ਅਗਰ ਮੈਂ ਕਿਸੇ ਦਾ ਨਾਮ ਨਹੀਂ ਬੋਲਿਆ ਤਾਂ ਉਹਨਾਂ ਤੋਂ ਵੀ ਮਾਫ਼ੀ ਮੰਗਦਾ ਕਿਉਂਕਿ ਰਹਿੰਦੀ ਦੁਨੀਆਂ ਤੱਕ ਨਾਮ ਤੇ ਫਕੀਰਾਂ ਦੇ ਰਹਿੰਦੇ ਚਿਰਾਗ ਰੋਸ਼ਨ ਕਿਸੇ ਬਾਦਸ਼ਾਹ ਦਾ ਕਿਸੇ ਅਮੀਰ ਦਾ ਨਹੀਂ ਦੀਵਾ ਜਦ ਵੀ ਜਗਿਆ ਕਿਸੇ ਫਕੀਰ ਦਾ ਜਗਿਆ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਏ ਕਿਸੇ ਦੀ ਅੱਜ ਬਣਦੀ ਏ ਕਿਸੇ ਦੀ ਕੱਲ੍ਹ ਬਣਦੀ ਜ਼ਰੂਰ ਹੈ ਜਨਾਬ ਕਿ ਬੁੱਲੇ ਸ਼ਾਹ ਰੰਗ ਮੁਰਸ਼ਦ ਵਾਲਾ ਕਿਸੇ ਕਿਸੇ ਨੂੰ ਚੜਦਾ ਥੋੜਾ ਪ੍ਰੈਸ਼ਰ ਆ ਗਿਆ ਬਹੁਤ ਅੱਛਾ ਤਬਲਾ ਪਲੇ ਕਰਦੇ ਖਾਨ ਸਾਹਿਬ ਲੋਕ ਨੇ ਔਰ ਭਾਜੀ ਸਾਉਣ ਦੇ ਸਿਰ ਤੇ ਕਲਾਕਾਰ ਅੱਲਾ ਪਾ ਕੇ ਇਹਨਾਂ ਨੂੰ ਦੁੱਗਣੇ ਤਿਗਣੇ ਇੰਨੇ ਕੁ ਕਾਰੋਬਾਰ ਦੇਵੇ ਕਿ ਲੋਕਡਾਊਨ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਕਰੋਨਾ ਕਰਕੇ ਸਾਨੂੰ ਇੱਕ ਦੂਸਰੇ ਤੋਂ ਦੂਰ ਕਰਤਾ ਕਰੋਨਾ ਕੋਈ ਬਿਮਾਰੀ ਨਹੀਂ ਅੱਲਾ ਜੀ ਕਹਿੰਦਾ ਕਰੋ ਨਾ ਲਿੰਡਿਆ ਕੁਲੀ ਪਾਪ ਗੁਨਾਹ ਹੀਰਾ ਫੇਰੀਆਂ ਆਓ ਸਾਰੇ ਰੱਬ ਦੀ ਵਿਜਾਈ ਕਰੀਏ ਔਰ ਇਸ ਚੈਨਲ ਨੂੰ ਜਿਹੜੇ ਲਾਈਵ ਚਲਾ ਰਹੇ ਨੇ ਨਕੋਦਰ ਸ਼ਹਿਰ ਮਸਤਾਂ ਦਾ ਸ਼ਹਿਰ ਵਲੀਆਂ ਦਾ ਸ਼ਹਿਰ ਫਕੀਰਾਂ ਦਾ ਸ਼ਹਿਰ ਮੇਰੇ ਆਜ਼ਾਦ ਭਾਜੀ ਆਜ਼ਾਦ ਦੀ ਜਿਹੜੇ ਆਜ਼ਾਦ ਹੁੰਦੇ ਮਾਲਕ ਦੇ ਨਾਮ 'ਚ ਉਹੀ ਕਿਸੇ ਦੀ ਫਿਲਮ ਬਣਾਉਂਦੇ ਸੁਖਦੇਵ ਭਾਜੀ ਮੈਂ ਇਹਨਾਂ ਦਾ ਬੜਾ ਤਹਿ ਦਿਲ ਸ਼ੁਕਰ ਗੁਜ਼ਾਰ ਹਾਂ ਕਿ ਇਹਨਾਂ ਦੇ ਚੈਨਲ ਦੇ ਜ਼ਰੀਏ ਸਾਨੂੰ ਅਨੇਕਾਂ ਲੋਕ ਦੇਖਦੇ ਪਏ ਔਰ ਖੁਦਾ ਵੀ ਦੇਖਦਾ ਅਤੇ ਖੁਦਾ ਦੇ ਲੋਕ ਵੀ ਦੇਖਦੇ ਇੱਕ ਵਾਰ ਜ਼ੋਰਦਾਰ ਤਾੜੀ ਲਾ ਕੇ ਜਾਜੇ ਦੇ ਦਿਓ ਸਰਕਾਰ ਦੇ ਨਾਮ ਅੱਲਾ ਪਾਕ ਤੁਹਾਨੂੰ ਸਾਰਿਆਂ ਦਾ
ਕਿ ਜਬ ਤੇਰਾ ਨਾਮ ਲਿਆ ਤੋ ਪਹਿਲੇ ਪੜਾ ਬਿਸਮਿਲ੍ਲਾ ਸੁਫਾਇ ਕੁਰਾਨ ਮੇ ਅਵਲ ਮੇ ਲਿਖਾ ਬਿਸਮਿਲ੍ਲਾ ਇਹ ਆਮ ਸ਼ਾਨ ਬਾਨ ਉਹਦੀ ਸੋਹਣੇ ਜੋ ਬਣਾਉਂਦਾ ਖਰੇ ਆਮ ਕਿੱਡਾ ਸੋਹਣਾ ਹੋਵੇ। ਆਓ ਸਰਕਾਰ ਦੀ ਵਡਿਆਈ ਕਰੀਏ। ਤੂੰ ਜੋ ਹਰ ਆਨ ਨਈ ਸ਼ਾਨ ਦਿਖਾਤਾ ਹੈ ਤੇਰੀ ਕੁਦਰਤ ਦਾ ਪਤਾ ਦੇਦਾ ਹੈ ਮੇਰੇ ਕਦੀ ਜ਼ਮਾਨੇ ਕਾ ਕਰ ਸਾਜ ਹੈ ਤੂੰ ਨਿਆਜ ਮੰਦੂ ਮੈਂ ਔਰ ਬੇਨਿਆਜ ਹੈ ਤੂੰ ਖਬਰ ਹਰ ਇੱਕ ਕੀ ਐ ਬੇਨਿਆਜ ਲੈ ਲੇਤਾ ਹੈ ਤੂੰ ਬਲੋ ਸੇ ਪਹਿਲੇ ਪੁਰਖ ਨਵਾਜ ਲੇਤਾ ਹੈ ਨਫ਼ਰਤ ਖਤਮ ਹੋਵੇ ਪਿਆਰ ਤੇ ਮੁਹੱਬਤ ਹੋਵੇ ਕਿਉਂ ਕਰਕੇ ਅਰਜ ਸੁਣ ਮੋਰੀ ਮੈਂ
ਸਰਕਾਰ ਦੀਆਂ ਚਿੱਠੀਆਂ ਕਦੋਂ ਮਿਲਣੀ ਹੈ? ਜਦੋਂ ਕੋਈ ਹੱਥ ਕਰਨਾ ਨਵੀਂ ਪਾਕ ਦੇ ਘਰ ਵਿੱਚ ਬਾਬਾ ਬਾਬਾ ਮਦੀਨੇ ਦਾ ਮਰਤਬਾ ਬਹੁਤ ਵੱਡਾ ਹੈ। ਅੱਲਾ ਪਾਕ ਨੇ ਖੁਦ ਆਪਣੇ ਮਹਿਬੂਬ ਨੂੰ ਬੜੇ ਅਦਭੁਤ ਨਾਲ ਬੁਲਾਇਆ, ਐ ਮੇਰੇ ਮਹਿਬੂਬ ਜ਼ਰਾ ਪਹਿਰ। ਪਾਕ ਮੁਹੰਮਦ ਮੁਸਤਫਾ ਉਦੋਂ ਬੋਲਦੇ ਸੀ ਜਦੋਂ ਅੱਲਾ ਪਾਕ ਖੁਦ ਵਿੱਚ ਵਿਰਾਜ ਹੋ ਕੇ ਬੋਲਦਾ ਸੀ। ਕਰਦੇ
ਅਸ਼ਦੇ ਮੁਕਾਮ ਦਾ ਨਾਲ ਉਸ ਚੀ ਹੋਵੇ ਜਿਹਦੀ ਬਖਸ਼ੋ ਦੇ ਨੇ ਮਾਂ ਫੜੀ ਹੋਵੇ, ਮੁੱਢੀ ਸਮਾਨ ਦਾ ਵੀ ਜਿਹੜਾ ਚੜੀ ਹੋਵੇ ਜਿਹਦੀ ਯਾਦ ਦੇ ਨਾਲ ਅੱਖ ਲਵੇ। ਜਿਹੜੇ ਮਾਂ ਬਾਪ ਮੁਹੰਮਦ ਮੁਸਤਫਾ ਨੂੰ ਮੰਨਦੇ ਨੇ ਕੀ ਫਰਮਾਉਂਦੇ ਨੇ ਇਹ ਸਰਕਾਰ ਤੁਹਾਡੇ ਵਾਸਤੇ ਸੁਣਨ ਵਾਲੀ ਸੀ ਜਾਣਗੇ ਅੱਗੇ ਵਿੱਚ ਹੀ ਅਲੀ ਸਾਹਿਬ ਨੇ ਮੁਹੰਮਦ ਮੁਸਤਫਾ ਨੂੰ ਦੇਖਿਆ ਤੇ ਉਹਨਾਂ ਨੇ ਹੋ ਗਿਆ ਜਿਹੜਾ ਵੀ ਸਭ ਸਾਫ ਮੁਹੰਮਦ ਮੁਸਤਫਾ ਨੂੰ ਦੇਖਦਾ ਸੀ ਉਹ ਤਾਂ ਉਹਨੂੰ ਤਾਂ ਕੀ ਕਹਿੰਦਾ ਸੀ ਉਹ ਤੈਨੂੰ ਗੁਲਾਮ ਜੀ ਜਿਨ੍ਹਾਂ ਦੀ ਬਦੌਲਤ ਅਸੀਂ ਇੱਥੇ ਪਹੁੰਚੇ ਹਾਂ ਉਹਨਾਂ ਦੇ ਤਹਿਤ ਮੈਂ ਸ਼ੁਕਰਗੁਜ਼ਾਰ ਹਾਂ ਔਰ ਜਿੰਨੀਆਂ ਫੀਆਂ ਰਸਤੀਆਂ ਜਿੰਨੀਆਂ ਸਹੂਲਤਾਂ ਬੈਠੀਆਂ ਮੇਰੀਆਂ ਸਾਰੀਆਂ ਦਿਲ ਦੇ ਗਹਿਰਾਈ ਤੱਕ ਪਿਆ ਔਰ ਜਿੰਨੇ ਕਦਮ ਚੜ ਕੇ ਉਹਨੇ ਕਦਮਾਂ ਨੂੰ ਸਲਾਮ ਕਰਦੇ ਹਾਂ ਚਲੋ ਮੇਰੇ ਦਾਦਾ ਜੀ ਹਜ਼ਰਤ ਮੌਲਾ ਦੀ ਸਰਕਾਰ ਦਾ ਕਲਾਮ ਬੜੀ ਪਿਆਰੀ ਫਰਮਾਇਸ਼ ਹੈ ਸ਼ਾਹੇ ਮਰਦਾਨ ਹੱਕ ਮੌਲਾ ਉਹ ਐਸਾ ਮਰਦ ਮੌਲਾ ਦਾ ਵਾਰ ਵਾਰ ਦੇ ਪੈਦਾ ਹੁੰਦੇ ਹੈ ਕਿਉਂਕਿ ਅਲੀ ਵਰਗੀ ਸ਼ਾਨ ਵੈਸੇ ਸਾਰੀ ਤਾਕਤ ਉਸ ਅਲੀ ਦੀ ਹੈ ਸਰਕਾਰ ਦੀ ਜਿੰਨੀ ਫਕੀਰ ਦੀ ਦੱਸ ਪਿਆ ਪਰ ਖੁਦ ਖੁਦਾ ਨੇ ਕਿਹਾ ਕਿ ਅਲੀ ਇਹ ਕਦੇ ਕੀ ਰੋਗੀ Thank you.
ਲਿਖਣ ਵਾਲੇ ਲਿਖਾਰੀ ਬਹੁਤ ਕੁਛ ਲਿਖਦੇ ਨੇ। ਹਸਤੀ ਆਈਆਂ ਨੂੰ ਸਭ ਨੂੰ ਸਜਦਾ ਸਲਾਮ ਕਰਦੇ ਹਾਂ। ਇਸੇ ਸ਼ਾਇਰ ਨੇ ਲਿਖਿਆ ਕਿ ਅਲੀ ਖੁਦਾ ਨਹੀਂ, ਅਲੀ ਖੁਦਾ ਨਹੀਂ, ਮਗਰ ਖੁਦਾ ਅਲੀ ਜ਼ਰੂਰ ਹੈ। ਹਾਂਜੀ, ਔਰ ਜੋ ਅਲੀ ਸੇ ਦੂਰ ਹੈ ਵੋ ਖੁਦਾ ਸੇ ਬਹੁਤ ਦੂਰ ਹੈ। ਇਹ ਰੱਬ ਦਾ ਕਰਮ ਹੈ ਸਰਕਾਰ, ਹਜ਼ਰਤ ਇਮਾਮ, ਦੁਨੀਆ ਦੇ ਪਹਿਲੇ ਇਮਾਮ ਹਜ਼ਰਤ ਮੌਲਾਨਾ ਸਰਕਾਰ ਆ, ਔਰ ਅਲੀ ਤੋਂ ਸਾਰੀ ਫਕੀਰ ਚੱਲੀ, ਅਲੀ ਤੋਂ ਸਾਰੇ ਫਕੀਰ ਵੀ ਬਣਦੇ। ਜਿਹੜਾ ਗੌਰ ਹੋਵੇ, ਅਗਰ ਅਲੀ ਨਾ ਆਉਂਦੇ ਜਹਾਨ ਵਿੱਚ ਤੇ ਕੋਈ ਮੇਲਾ ਨਾ ਕਰਾਉਂਦਾ, ਕੋਈ ਇਬਾਦਤ ਨਾ ਕਰਦਾ, ਕਿਉਂਕਿ ਅਲੀ ਹੈ ਤੋ ਸਾਰੇ ਵਲੀ। ਹਾਂਜੀ, ਸਾਹਿਬ ਦਾ ਨਾਮ।
ਮੇਰੇ ਤਨ ਭਰੀ ਅਲੀ ਅਲੀ ਹੁਜਮਾ ਭਰੀ ਅਲੀ ਅਲੀ